ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ ਆਪਾਂ 25 ਤੋਂ ਲੈ ਕੇ 30 ਅਪ੍ਰੈਲ ਕੇ ਨਾ ਆਖਰੀ ਇਸ ਮਹੀਨੇ ਦੇ 5-6 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਜੋ ਮੌਸਮੀ ਸਿਸਟਮ ਆ ਰਹੇ ਨੇ ਉਹਨਾਂ ਦੀ ਕੀ ਅਪਡੇਟ ਹੈ ਸੋ ਪਹਿਲਾ ਗੱਲ ਕਰੀਏ ਅੱਜ 25 ਅਪ੍ਰੈਲ ਅੱਜ ਮੌਸਮ ਸਾਫ਼ ਖੁਸ਼ਕ ਰਹੇਗਾ ਦਿਨ ਵੇਲੇ ਚੰਗੀ ਧੁੱਪ ਲੱਗੇਗੀ ਥੋੜਾ ਬਹੁਤ ਗਰਮੀ ਦਾ ਜਿਹੜਾ ਮਾਹੌਲਾ ਬਣਿਆ ਰਹੂਗਾ ਹਵਾਵਾਂ ਵੀ ਚੱਲਣਗੀਆਂ ਹਲਕੀ ਦਰਮਿਆਨੀ ਰਫ਼ਤਾਰ ਤੇ ਦੁਪਹਿਰ ਤੋਂ ਬਾਅਦ ਹਵਾਵਾਂ ਦੀ ਗਤੀ ਦੇ ਵਿੱਚ ਥੋੜਾ ਜਿ ਕੁਝ ਆਦਾ ਮੌਸਮੀ ਹਲਚਲ ਅੱਜ ਜਿਆਦਾ ਵੱਡੀ ਨਹੀਂ ਦੇਖਣ ਨੂੰ ਮਿਲੂ ਮੌਸਮ ਠੀਕਠਾਕ ਰਹੇਗਾ ਕਿਸਾਨ ਜਿਹੜੇ ਕਣਕਾਂ ਦੀ ਵਾਢੀ ਕਰਦੇ ਨੇ ਉਹ ਲਗਾਤਾਰ ਕਰਦੇ ਰਹਿਣ ਤੇ ਕੱਲ ਦੀ ਕੱਲ ਕਰੀਏ 26 ਅਪ੍ਰੈਲ ਨੂੰ 26 ਅਪ੍ਰੈਲ ਨੂੰ ਮੌਸਮ ਜ਼ਿਆਦਾਤਰ 80 ਤੋਂ 90% ਸਾਫ਼ ਹੀ ਰਹੇਗਾ ਦੁਪਹਿਰ ਬਾਅਦ ਥੋੜੀ ਬਹੁਤ ਬੱਦਲਬਾਈ ਕੁਝ ਹਿੱਸਿਆਂ ਵਿੱਚ ਰਹੇਗੀ ਮੀ ਵਰਗੇ ਹਾਲਾਤ ਫਿਲਹਾਲ ਘਟ ਨਜ਼ਰ ਆ ਰਹੇ ਨੇ 26 ਅਪ੍ਰੈਲ ਨੂੰ ਵੀ ਰਾਤ ਦੇ ਸਮੇਂ ਤੋਂ ਜਾਂ ਦੇਰ ਸ਼ਾਮ ਤੋਂ ਮੌਸਮ ਥੋੜਾ ਜਿਹਾ ਬਦਲ ਸਕਦਾ ਹੈ ਕੁਝ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਹਲਕੇ ਫੁਲਕੇ ਮੀਂਹ ਦੇ ਕਿਣ-ਮਣ ਜਾਂ ਛਿੱਟੇ ਪੈ ਸਕਦੇ ਨੇ ਉਸ ਤੋਂ ਬਾਅਦ 27 ਅਪ੍ਰੈਲ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਉਹ ਵੀ ਪੈਚੀ ਰੂਪ ਦੇ ਵਿੱਚ ਹੋਣਗੇ ਸਾਰੇ ਪੰਜਾਬ ਵਿੱਚ ਅਜਿਹੀ ਸੰਭਾਵਨਾ ਨਹੀਂ ਹੈ ਕਾਰਨ ਹੋਵੇਗਾ ਕਿ ਜਿਹੜੇ ਇੱਕ ਸਿਸਟਮ ਪਹੁੰਚ ਰਿਹਾ ਉਸ ਦੇ ਨਾਲ ਹੀ ਹਵਾਵਾਂ ਦਾ ਜੋ ਪੈਟਰਨ ਆ ਉਹ ਦੇਖਿਆ ਤਾਂ ਲਗਭਗ ਅਰਬ ਸਾਗਰ ਤੋਂ ਇਸ ਤਰ੍ਹਾਂ ਹਵਾਵਾਂ ਗੁਜਰਾਤ ਰਾਜਸਥਾਨ ਤੋਂ ਹੁੰਦੀ ਹੋਈਆਂ ਪੰਜਾਬ ਤੱਕ ਪਹੁੰਚਣਗੀਆਂ ਹੁਣ ਜਿਵੇਂ ਸਕਰੀਨ ਤੇ ਦੇਖੋ ਇਸ ਤਰ੍ਹਾਂ ਤੇ ਇਸ ਦੇ ਚੱਲਦੇ ਹੀ ਨਮੀ ਥੋੜੀ ਜੀ ਵਧੇਗੀ ਪੰਜਾਬ ਦੇ ਵਿੱਚ ਤੇ ਇਸ ਦੇ ਨਾਲ ਹੀ ਇੱਕ ਐਂਟੀ ਸਾਈਕਲਨ ਲਗਭਗ ਪੰਜਾਬ ਤੇ ਪਾਕਿਸਤਾਨ ਦੀ ਸੀਮਾ ਦੇ ਆਸ-ਪਾਸ ਇਸ ਖੇਤਰ ਵਿੱਚ ਬਣੇਗਾ ਸੋ ਇਹ ਜੋ ਐਂਟੀ ਸਾਈਕਲਨ ਬਣਦਾ ਤਾਂ ਉਸ ਦੇ ਵਿੱਚ ਘੜੀ ਤੋਂ ਉਲਟ ਦਿਸ਼ਾ ਦੇ ਵਿੱਚ ਇਸ ਤਰ੍ਹਾਂ ਹਵਾਵਾਂ ਵਗਦੀਆਂ ਨੇ ਸੋ ਇਹਨਾਂ ਦੇ ਕਾਰਨ ਹੀ ਜਿਹੜੀਆਂ ਅਰਬ ਸਾਗਰ ਤੋਂ ਹਵਾਵਾਂ ਨੇ ਉਹ ਇਸ ਤਰ੍ਹਾਂ ਹੁੰਦੀਆਂ ਹੋਈਆਂ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਤੱਕ ਪਹੁੰਚਣਗੇ ਜਾਨਕਿ ਪੂਰਾ ਜਿਹੜਾ ਉੱਤਰ-ਪੱਛਮੀ ਮੈਦਾਨੀ ਭਾਗ ਆ ਉਹਦੇ ਵਿੱਚ ਨਵੀਂ ਵਾਲੀਆਂ ਹਵਾਵਾਂ ਦਾ ਜਿਹੜਾ ਘੇਰਾ ਕਾਫੀ ਜ਼ਿਆਦਾ ਬਣ ਜਾਵੇਗਾ ਸੋ ਉਸ ਦੇ ਕਾਰਨ ਹੋਵੇਗਾ ਕਿ ਗਰਜ ਚਮਕ ਵਾਲੇ ਬੱਦਲ ਬਣਨ ਦੀ ਸੰਭਾਵਨਾ ਬਣ ਜਾਵੇਗੀ ਕਿਉਂਕਿ ਜਿਵੇਂ ਟੈਂਪਰੇਚਰ ਇਸ ਵੇਲੇ 35 ਤੋਂ 38 ਡਿਗਰੀ ਦੇ ਆਸ-ਪਾਸ ਬਣੇ ਹੋਏ ਨੇ ਦੁਪਹਿਰ ਨੂੰ ਥੋੜੀ ਜੀ ਗਰਮੀ ਦਾ ਅਨੁਭਵ ਹੁੰਦਾ ਹੈ ਸੋ ਇਸੇ ਮਾਹੌਲ ਦੇ ਵਿੱਚ ਜਦੋਂ ਨਵੀਂ ਵਾਲੀਆਂ ਹਵਾਵਾਂ ਪਹੁੰਚਣ ਲੱਗਦੀਆਂ ਨੇ ਜਾਂ ਤੇਜ਼ ਹਵਾਵਾਂ ਦੇ ਬੁੱਲੇ ਚੱਲਦੇ ਨੇ ਥੋੜੇ ਸਮੇਂ ਲਈ ਗਰਜ ਚਮਕ ਹੁੰਦੀ ਹੈ ਮੀਂਹ ਦੇ ਸ਼ਰਾਟੇ ਪੈਂਦੇ ਨੇ ਕੁਝ ਹਿੱਸਿਆਂ ਵਿੱਚ ਤੇਜ਼ ਮੀਂਹ ਪੈ ਜਾਂਦਾ ਮੋਟੀ ਕਣੀ ਦਾ ਜੋ ਮੀਂਹ ਹੁੰਦਾ ਹੈ ਕੁਝ ਥੋੜੇ ਸਮੇਂ ਲਈ ਸੋ ਅਜਿਹੀਆਂ ਜਿਹੜੀਆਂ ਮੌਸਮੀ ਹਲਚਲਾਂ ਨੇ ਉਹ اچانک ਦੇਖਣ ਨੂੰ ਮਿਲਦੀਆਂ ਨੇ ਜਿਹੜੀ ਕਿ 27 ਅਪ੍ਰੈਲ ਨੂੰ ਸੰਭਾਵਨਾ ਬਣ ਰਹੀ ਹੈ ਕਿ ਅਜਿਹੀ ਹਲਚਲ ਹੋ ਸਕਦੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹਦੇ ਸਬੰਧਤ ਆਪਾਂ ਜ਼ਿਲ੍ਹੇਵਾਰ ਅਪਡੇਟ ਨਹੀਂ ਦੱਸ ਸਕਦੇ ਵੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ ਕਿਉਂਕਿ ਇਹਨਾਂ ਹਵਾਵਾਂ ਦੇ ਪੈਟਰਨ ਦੇ ਚੱਲਦੇ ਜੇ ਇਸ ਇਲਾਕੇ ਦੇ ਵਿੱਚ ਨਮੀ ਥੋੜੀ ਜਿਹੀ ਜ਼ ਅਗਲੇ ਦਿਨਾਂ ਵਿੱਚ ਉਹ ਅੱਡਨਾ ਸਮੇਂ ਤੇ ਸਾਂਝੀ ਕਰਾਂਗੇ ਜੇਕਰ ਅਨੁਮਾਨ ਅਧਾਰ ਤੇ ਦੇਖੀਏ ਤਾਂ ਆਪਾਂ ਨੂੰ ਪੰਜਾਬ ਦਾ ਦੱਖਣ ਪੱਛਮੀ ਹਿੱਸਾ ਹੋ ਗਿਆ Rajasthan ਦੇ ਨੇੜਲੇ ਇਲਾਕੇ ਜੋ ਤੇ ਉਸ ਤੋਂ ਇਲਾਵਾ ਪੱਛਮੀ ਸਰਹੱਦੀ ਖੱਤ ਖੇਤਰ ਹੋ ਕੇ ਮਾਝੇ ਦਾ ਇਲਾਕਾ ਹੋ ਗਿਆ ਨਾਲ ਲੱਗਦੇ ਕੁਝ ਬਰਨਾਲਾ ਸਾਈਡ ਮੋਗਾ ਜ਼ਿਲ੍ਹਾ ਹੋ ਗਿਆ ਜਾਂ ਲੁਧਿਆਣੇ ਦੇ ਆਸ-ਪਾਸ ਦੇ ਹਿੱਸੇ ਹੋਗੇ ਇਹ ਜਿਹੜਾ ਹਿੱਸਾ ਪਾਇਆ ਜਾਂਦਾ ਪੰਜਾਬ ਦਾ ਇਨ੍ਹਾਂ ਹਿੱਸਿਆਂ ਦੇ ਵਿੱਚ ਇਹੀਆਂ ਸੰਭਾਵਨਾਵਾਂ ਵੱਡ ਰਹੀਆਂ ਨੇ ਕਿ ਇਨ੍ਹਾਂ ਹਿੱਸਿਆਂ ਵਿੱਚ ਹਲਚਲ ਹੋ ਸਕਦੀ ਹੈ ਬਾਕੀ ਉਸ ਤੋਂ ਬਾਅਦ 27 ਤਰੀਕ ਤੋਂ ਬਾਅਦ 28 ਨੂੰ ਮੌਸਮ ਠੀਕ ਠਾਕ ਹੈ 29 ਤਰੀਕ ਨੂੰ ਫਿਰ ਪੰਜਾਬ ਦੇ ਵਿੱਚ ਇਹਹੀਆਂ ਹਲਚਲਾਈ ਹੋਣ ਦੀ ਸੰਭਾਵਨਾ ਵੱਡ ਸਕਦੀ ਹੈ 29 ਤਰੀਕ ਨੂੰ ਮਾਝਾ ਤੇ ਦੋਆਬੇ ਦਾ ਖੇਤਰ ਜਿਹੜਾ ਥੋੜਾ ਜਿਹਾ ਵੱਡੇ ਪੱਧਰ ਉੱਪਰ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਇਹ ਲੱਗ ਕੇ ਜਿਹੜੇ ਪਹਾੜੀ ਖੇਤਰਾਂ ਦੇ ਨੇੜੇ ਨੇ ਜਿਹੜਾ ਇਸ ਸਮੇਂ ਜਿਹੜਾ ਵੈਸਟਰਨ ਸਰਮੈਂਸ ਆਵੇਗਾ ਉਹ ਇਸ ਪੱਛਮੀ ਗੜਬੜੀ ਦਾ ਜਿਹੜਾ ਜ਼ਿਆਦਾਤਰ ਪ੍ਰਭਾਵ ਪਹਾੜੀ ਖੇਤਰਾਂ ਵਿੱਚ ਰਹਿੰਦਾ ਹੈ ਸੋ ਜਿਹੜੇ ਪਹਾੜੀ ਇਲਾਕਿਆਂ ਦੀ ਨੇੜੇ ਪੰਜਾਬ ਦਾ ਉੱਤਰੀ ਹਿੱਸਾ ਪੈ ਜਾਂਦਾ ਜਿੱਦੇ ਵਿੱਚ ਆਪਾਂ ਮਾਝੇ ਦੇ ਕੁਝ ਹਿੱਸੇ ਜਿਵੇਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਹੋਗੇ ਤੇ ਨਾਲ ਹੀ ਹੁਸ਼ਿਆਰਪੁਰ ਹੋ ਗਿਆ ਕਪੂਰਥਲਾ ਜਲੰਧਰ ਦੇ ਕੁਝ ਭਾਗ ਆ ਗਏ ਨਵਾਂ ਸ਼ਹਿਰ ਹੋ ਗਿਆ ਤੇ ਨੰਗਲ ਅਨੰਦਪੁਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ ਨੇ ਇਹ ਹਿੱਸੇ ਥੋੜੇ ਜਿਹੀ ਹੋ ਸਕਦਾ ਹੈ ਕਿ ਬਾਕੀ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਇਸ ਤੋਂ ਇਲਾਵਾ ਹੋਰ ਹਿੱਸਿਆਂ ਦੇ ਵਿੱਚ ਵੀ ਅਜਿਹੇ ਹਲਚਲਾਂ ਟੁੱਟਮੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜਿਹਦੀ ਡੇਲੀ ਅਪਡੇਟ ਆਪਾਂ ਜਿਲੇਵਾਰ ਤੋਂ ਅੱਡਨਾ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਤੇ ਉਸ ਤੋਂ ਬਾਅਦ 30 ਅਪ੍ਰੈਲ ਤੋਂ ਮੌਸਮ ਫਿਰ ਥੋੜਾ ਜਿਹਾ ਸੁਧਰਿਆ ਹੋਇਆ ਦੇਖਣ ਨੂੰ ਮਿਲੇਗਾ ਸੋ ਕੋਲ ਮੁਲਾ ਕੇ ਇਹੀ ਕਹਾਂਗੇ ਕਿ 27 ਤੋਂ ਲੈ ਕੇ 29 ਦੀ ਸ਼ਾਮ ਜਾਂ 30 ਅਪ੍ਰੈਲ ਦੀ ਸਵੇਰ ਤੱਕ ਮੌਸਮ ਦੇ ਵਿੱਚ ਅਚਾਨਕ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ ਅਚਾਨਕ ਮੌਸਮ 'ਚ ਬਦਲਾਅ ਆ ਸਕਦਾ ਹੈ ਤੇ ਜਿਸ ਦੇ ਚੱਲਦੇ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਕਣਕਾਂ ਦੀ ਵਾਢੀ ਜਿਹੜੇ ਕਰ ਰਹੇ ਨੇ ਤਾਂ ਉਹ ਲਗਾਤਾਰ ਕਰਦੇ ਰਹਿਣ ਜਿੰਨਾ ਚਿਰ ਤੱਕ ਮੌਸਮ ਸਾਫ਼ ਹੈ ਕਣਕ ਨੂੰ ਜੇਕਰ ਦਾਣੇ ਸਾਂਭ ਲੈ ਜਾਣ ਤਾਂ ਚੰਗੀ ਗੱਲ ਹੈ ਬਾਕੀ ਅਗਲੀ ਅਪਡੇਟ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ